गर्मी बहुत ज्यादा हुई पई है जी। ते इत्थे असीं खड़े सीगे दुकान ते, मेरे फ्रेंड की दुकान है। मैं चलो जूस पी लगे क्योंकि गर्मी च, मैं तुहानूं पहले दस के हटी हां वी गर्मी जदों वी आपां बाहर आउंदे आ घरों, मेरा दिल करी मेरे कॉटन का सूट पाया ते आ स्वैट शर्ट ही वी लाउण नूं दिल करी जांदा। हुण तां बाजार दे विच अपने तों कोट कोटियां पाईआं नहीं जांदियां। ते चलो जूस दा ही इक सहारा हुंदा, आपां बाजार च आ के जूस यास पी लैंदे आ बस, तां थोड़ा जिहा बैटर फील हुंदा आपां नूं, है ना। गर्मी जानवर ने बोलिया चिट्टी आ जी। हुण आपां पिंड नूं जांदे सीगे ते असीं इत्थे रस्ते च खड़ गए, सानूं मेरे छोटे देवर दा फोन आ गया सीगा ते उह गड्डी धवाई जांदे सीगे, जिहड़ी वी जिहड़ी गड्डी फुल लगवाउणे आ जिहड़ी गड्डी ते, ते उह गड्डी नूं वॉश कराई जांदे सी इत्थे। ते मैनूं लगदा कहिंदे वी आपां इकट्ठे चलदे आ घरे, ते सानूं कॉल कर ली सी, असीं इत्थे खड़ गए ते बस थोड़ी दूरी रहि गया अपना पिंड आउण, आपां घरे चलदे आ। ते गर्मी बहुत ज़्यादा लगी जांदी आ। ਅਤੇ ਬਾਕੀ ਕੰਮ ਧੰਦੇ ਸੀਗੇ ਘਰ ਦੇ, ਕਰਨੀ ਸੀ ਇੱਥੇ ਸਾਹਮਣੇ ਨਰਸਰੀ ਯਾਰ, ਪਾ ਇੱਥੋਂ ਬੂਟੇ ਲੈ ਕੇ ਗਏ ਸੀ ਉਦੋਂ ਆਪਾਂ, ਹੈ ਨਾ ਆਹ ਨਰਸਰੀ 'ਚੋਂ ਇਹ ਬਦਲ ਕੇ ਉੱਧਰ ਜਾਵੜੀ ਸੀ, ਇਹ ਹੋਰ ਆ, ਇਹ ਹੋਰ ਆ, ਉਹ ਹੋ ਸੀ ਉਹ ਸਾਹਮਣੇ। ਚਲੋ ਜੀ ਆਪਾਂ ਘਰੇ ਚੱਲਦੇ, ਘਰੇ ਜਾ ਕੇ ਗੱਲਾਂ ਬਾਤਾਂ ਕਰਦੇ ਅਤੇ ਚਾਹ ਪਾਣੀ ਪੀਂਦੇ ਹਾਂ। ਵੈਸੇ ਚਾਹ ਪੀਣ ਨੂੰ ਜੀ ਤਾਂ ਨਹੀਂ ਕਰਦਾ ਕਿਉਂਕਿ ਗਰਮੀ ਜੀ ਸਟਾਰਟ ਹੋ ਗਈ, ਅਤੇ ਪਰ ਚਾਹ ਪੀਤੇ ਬਿਨਾਂ ਥਕਾਵਟ ਜੀ ਵੀ ਨਹੀਂ ਦੂਰ ਹੁੰਦੀ ਸਾਰੇ ਦਿਨ ਦੀ। ਚਲੋ ਚੱਲਦੇ ਚਾਹ ਪਾਣੀ ਪੀਂਦੇ ਹਾਂ ਜੀ ਘਰੇ ਜਾ ਕੇ ਆਪਾਂ। ਮਸ਼ੀਨ ਚ ਧੱਤੇ ਹੁੰਦੇ ਆ, ਨਹੀਂ ਪੈਕ ਕਰਾਉਣ ਦੀ ਕੀ ਲੋੜ ਸੀ, ਲੈ ਪੈਕ ਕਰਾਉਣ ਨੂੰ ਕੀ ਹੁੰਦਾ ਸੀਗਾ, ਜਿਹਦੇ ਲੈ ਤਾਂ ਲਈ ਘੜੀ ਆ ਲੈ, ਉਹ ਜਿਹਦੇ ਚ ਫੋਨ ਫਾਨ ਨੀ ਚੱਲਦਾ ਚਿੱਪ ਪੈਂਦੀ ਉਹ ਲੈਂਦਾ ਸੀ, ਤੇ ਉਹ ਵੱਡੀ ਵਾਲੀ ਸੀ, ਭੈੜੀ ਲੱਗਦੀ ਸੀ, ਨਾ ਉਹ ਖੜਦੀ ਸੀ ਇਹਦੇ ਗੁੱਟ ਤੇ। ਹਾਂ ਮੈਂ ਆਹ ਦਵਾਤੀ ਗੁੱਟ ਤੇ ਪਜਾਮੇ ਨਾਲ ਖਾ ਲੈ ਲਾ, ਦਿਖਾ ਦੇ ਦੀਦੀ ਘੜੀ ਦੇਖ ਲਾ ਹਰਫ ਦੀ, ਦੀਦੀ ਨੂੰ ਵੀ ਦਿਖਾਉਣੀ ਆ, ਕੱਲੇ ਦਾਦੂ ਨੂੰ ਨੀ ਦਿਖਾਉਣੀ, ਕਹਿੰਦਾ ਲੈ ਬਸ ਲੈ ਬਸ ਲਿਆ। ਕਿੱਥੇ ਪਏ ਸੀ ਉਹਦੇ? ਕਿੰਨੇ ਪੈਸੇ? 400। 300 ਰੁਪਇਆ ਕਿਹਾ ਸੀ ਤੇਰੇ ਡੈਡੀ ਨੂੰ? ਦੋ ਪਜਾਮੇ ਆ। ਅੱਛਾ ਦੋ ਪਜਾਮੇ ਬਣ ਗਏ? ਦੋ ਪਜਾਮੇ ਬਣ ਗਏ। ਫੇਰ ਠੀਕ ਆ, ਤੇ ਕੋਈ ਰੁੰਗਾ ਰੰਗਾ? ਕਿਹੜਾ ਰੁੰਗਾ, ਮੈਂ ਤਾਂ ਨਹੀਂ ਰੁੰਗਾ ਕੀ ਹੁੰਦਾ ਹੈ। ਚੱਲ ਠੀਕ ਹੈ, ਅਗਲੇ ਆ ਤੁਸੀਂ ਚੱਕ ਲੈ। ਬਿਸਕੁਟ ਖਾਣੇ ਚਾਹ ਪੀਣ ਵਾਲੀ ਆ? ਬੂਟ ਸਾਰੇ ਧੋਤੇ ਹੋਏ, ਪੀਣ ਵਾਲੇ ਮੈਂ ਤੱਤੇ ਜੀ, ਬਿਸਕਟ ਆ ਲੈ ਲਾ ਦੀਦੀ, ਤੋਂ ਲੈ ਲਾ ਹਰਫ, ਮੈਨੂੰ ਦਿੱਤਾ ਹੋਏ ਤੇਰੀ ਹੋਏ, ਛੱਡ ਜਾ ਤੂੰ ਕਹੀ ਨਾ ਜਾਏਗਾ, ਮੈਨੂੰ ਦੇਖੇਗੀ ਨਾ। ਤੇਰੀ ਇਹਦੇ ਤੇ ਆਖਾ ਹਰਫ ਨੂੰ ਚੱਪਣੇ ਆਏ ਤੂੰ, ਹੈ ਨਾ ਚਾਹ ਚੱਕਣ ਵਾਲੇ
ਚਾਹ ਪੀ ਲੈ ਤਜਰਬਾ ਪੀ ਦੇ ਬਿਸਕੁਟ ਤਾਂ ਤੇਰੇ ਖਾ ਕੇ ਰਲੀ ਸਾਰੇ ਹੋਏ ਮੱਕਾ ਮਿੰਦਰੇ ਤੇ ਪੁੱਤਾ ਮੈਨੂੰ ਤਾਂ ਦਿੱਤਾ ਹੀ ਨਹੀਂ ਤੂੰ ਥੈਂਕ ਯੂ ਕੁੜੀ ਕਵਲੀ ਹੋ ਜਾਂਦੀ ਅਤੇ ਬੂਟਾ ਦਾ ਨਾਂ ਲੈਂਦੀ ਰਹਿੰਦੀ ਬੂਟਾ ਬੂਟਾ ਇੱਧਰ ਆਪਾਂ ਚਾਹ ਪਾਣੀ ਪੀਂਦੇ ਸੀਗੇ ਜੀ ਘਰੇ ਬੈਠੇ ਸੀਗੇ ਅਤੇ ਮੰਮੀ ਦੁਬਾਰੇ ਜਿਹੜੀ ਗਰਮ ਚਾਹ ਕਰਕੇ ਲੈ ਆਏ ਸੀ ਜਿਹੜੀ ਪਹਿਲਾਂ ਚਾਹ ਪੀ ਜਾਂਦੇ ਸੀ ਉਹ ਬੋਤਲ 'ਚ ਬਣਾ ਕੇ ਪਾਈ ਪਈ ਸੀ ਅਤੇ ਅਸੀਂ ਕਿਹਾ ਚਲੋ ਪੀ ਲਈਏ ਕਿਉਂਕਿ ਭੁੱਖ ਜੀ ਲੱਗੀ ਪਈ ਸੀਗੀ ਅਤੇ ਘਰ ਦੀ ਚਾਹ ਬਿਨਾਂ ਕਾਹਨੂੰ ਆਪਾਂ ਨੂੰ ਸਵਰ ਆਉਂਦਾ ਹੈ ਨਾ ਕਿੰਨੀ ਮਰਜ਼ੀ ਆਪਾਂ ਬਾਹਰੋਂ ਕੁਛ ਖਾ ਪੀ ਲਈਏ ਅਤੇ ਚਾਹ ਪੀਂਦੇ ਸੀ ਅਤੇ ਹਰਫ ਦਾ ਕੁੜਤਾ ਪਜਾਮਾ ਵੀ ਫੜਨਾ ਸੀਗਾ ਕਿਉਂਕਿ ਉਹ ਸਟਿਚ ਕਰਵਾਉਣਾ ਦਿੱਤਾ ਸੀ ਉਹ ਫੜ ਕੇ ਲਿਆਉਣਾ ਸੀਗਾ ਅਤੇ ਬਸ ਆਹੀ ਗੱਲਾਂ ਬਾਤਾਂ ਕਰੀ ਜਾਂਦੀ ਸੀ ਨੋਰਮਲ ਜੋ ਵੀ ਘਰ ਦੇ ਵਿੱਚ ਹੁੰਦੀਆਂ ਨੇ ਮੈਂ ਕਿਹਾ ਚਲੋ ਮੈਂ ਹੀ ਕੈਮਰਾ ਲਗਾ ਕੇ ਰੱਖ ਲਵਾਂਗਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਅਤੇ ਮਤਲਬ ਕਿ ਇਹ ਵੀਡੀਓ ਹੈਗੀ ਹੈ ਜਿਹੜੀ ਮੈਨੂੰ ਲੱਗਦਾ 6 ਤਰੀਕ ਦੀ 6 ਫਰਵਰੀ ਦੀ ਅਤੇ 7 ਨੂੰ ਬਰਾਤ ਸੀਗੀ ਜਿਹੜੀ ਮੈਰਿਜ ਹੈਗੀ ਅਤੇ 8 ਨੂੰ ਰਿਸੈਪਸ਼ਨ ਪਾਰਟੀ ਦੇ ਹਰਫ ਦਾ ਬਰਥਡੇ ਉਹ ਵੀ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੁਸੀਂ ਚੈਨਲ ਨਾਲ ਬਣੇ ਰਹੋ ਸ਼ਾਇਦ ਮੈਂ ਕੁਛ ਵੀਡੀਓਜ਼ ਆਪਣੇ ਹਸਬੈਂਡ ਦੇ ਚੈਨਲ 'ਤੇ ਸ਼ੇਅਰ ਕਰੂੰਗੀ ਵਿਦ ਮਿਊਜ਼ਿਕ ਇਹਦੇ 'ਤੇ ਮੈਂ ਮਿਊਜ਼ਿਕ ਲਗਾ ਕੇ ਨਹੀਂ ਸ਼ੇਅਰ ਕਰ ਸਕਦੀ ਕੁਛ ਵੀਡੀਓ ਜਿਹੜੀਆਂ ਡਾਂਸ ਵਗੈਰਾ ਦੀਆਂ ਅਤੇ ਸਾਡਾ ਨਾ ਇੱਥੇ ਆ ਕੇ ਜੀ ਲੱਗ ਜਾਂਦਾ ਕਿਉਂਕਿ ਇੱਥੇ ਸਾਰੀ ਫੈਮਿਲੀ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਜੁਆਇੰਟ ਫੈਮਿਲੀ ਦੇ ਵਿੱਚ ਰਹਿਣਾ ਪਰ ਸਾਡੇ ਕੁਛ ਰੀਜ਼ਨਸ ਨੇ ਜਿਹਦੀ ਵਜ੍ਹਾ ਕਾਰਨ ਅਸੀਂ ਉੱਥੇ ਰਹਿੰਦੇ ਹਾਂ ਸੋ ਮੈਂ ਕੋਸ਼ਿਸ਼ ਕਰੂੰਗੀ ਤੁਹਾਡੇ ਨਾਲ ਜਦੋਂ ਵੀ ਟਾਈਮ ਆਇਆ ਸ਼ੇਅਰ ਕਰਨ ਦੀ ਅਤੇ ਕੁਛ ਮੇਰੇ ਵਿਊਵਰ ਨੂੰ ਪਤਾ ਆਊਗਾ ਅਤੇ ਮੈਨੂੰ ਨਾ ਇੱਕ ਦੋ ਨੈਗੇਟਿਵ ਕਮੈਂਟ ਆਏ ਚਲੋ ਲਿਖਣ ਨੂੰ ਤਾਂ ਆਪਾਂ ਸੁਜੈਸ਼ਨ ਅਗਲੇ ਦੇ ਸਕਦੇ ਹਾਂ ਪਰ ਅਸੀਂ ਇਸ ਤਰ੍ਹਾਂ ਜਾਣਦੇ ਰਹਿੰਦੇ ਹਾਂ ਕਈ ਵਾਰ ਕਾਫੀ ਟਾਈਮ ਬਾਅਦ ਅਤੇ ਅਸੀਂ ਉੱਥੇ ਵੀਡੀਓ ਸ਼ੇਅਰ ਕਰਦੇ ਹਾਂ ਤਾਂ ਮੈਨੂੰ ਕਮੈਂਟ ਆਇਆ ਵੀ ਤੁਸੀਂ ਇੱਥੇ ਹੀ ਰਹਿਣ ਲੱਗ ਗਏ ਮਤਲਬ ਨੈਗੇਟਿਵ ਹੀ ਲਿਖਿਆ ਹੋਇਆ ਸੀ ਸੋ ਮੇਰੀ ਆਪਦੀ ਫੈਮਿਲੀ ਹੈ ਜੀ ਮੈਂ ਇਹੀ ਦੱਸਣਾ ਚਾਹੂੰਗੀ ਮੇਰਾ ਆਪਦਾ ਪਰਿਵਾਰ ਹੈ ਮੇਰਾ ਜਦੋਂ ਜੀ ਕਰੂਗਾ ਮੈਂ ਇੱਥੇ ਜਾਊਂਗੀ ਰਹੂੰਗੀ ਅਤੇ ਤੁਸੀਂ ਇਸ ਤਰ੍ਹਾਂ ਵੀ ਮਤਲਬ ਵੀ ਤੂੰ ਰਹਿਣ ਲੱਗ ਗਈ ਮਤਲਬ ਬਹੁਤ ਜ਼ਿਆਦਾ ਕੁਛ ਲਿਖਿਆ ਹੋਇਆ ਸੀ ਮੈਂ ਤੁਹਾਨੂੰ ਕੀ ਇੰਨਾ ਵੀ ਬੋਲ ਕੇ ਦੱਸਾਂ ਪਰ ਸਾਡਾ ਆਪਦਾ ਪਰਿਵਾਰ ਹੈ ਜੀ ਜਦੋਂ ਵੀ ਮੇਰਾ ਦਿਲ ਕਰੂਗਾ ਮੈਂ ਜਾਊਂਗੀ ਮੈਨੂੰ ਕੋਈ ਨਹੀਂ ਰੋਕ ਸਕਦਾ ਇੱਥੇ ਜਾਣੋਂ ਹੈ ਨਾ ਅਤੇ ਪਲੀਜ਼ ਤੁਸੀਂ ਇਸ ਤਰ੍ਹਾਂ ਦੇ ਕਮੈਂਟ ਨਾ ਕਰਿਆ ਕਰੋ ਵੀ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਕੋਈ ਠੇਸ ਲੱਗੇ ਜਾਂ ਤੁਸੀਂ ਇਸ ਤਰ੍ਹਾਂ ਨੈਗੇਟਿਵ ਕੁਛ ਸ਼ਬਦ ਲਿਖ ਦਿਓ ਕੋਸ਼ਿਸ਼ ਕਰਿਆ ਕਰੋ ਕੁਛ ਸੁਜੈਸ਼ਨ ਦੇ ਦਿਆ ਕਰੋ ਪਰ ਇੱਦਾਂ ਨਹੀਂ ਹੁੰਦਾ ਵੀ ਜੇਕਰ ਅਸੀਂ ਆਪਦੇ ਘਰ ਪਰਿਵਾਰ 'ਚ ਫੈਮਿਲੀ ਨਾਲ ਵਰਤਦੇ ਹਾਂ ਕੁਛ ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਲਿਖ ਦਿੰਦੇ ਹੋ ਜਿਹਦੀ ਵਜ੍ਹਾ ਕਾਰਨ ਮਤਲਬ ਹੁਣ ਮੈਂ ਕੁਛ ਕੀ ਬੋਲਾਂ ਜੀ ਤੁਹਾਨੂੰ ਸੋ ਪਲੀਜ਼ ਤੁਸੀਂ ਲਿਖਣ ਤੋਂ ਪਹਿਲਾਂ ਇੰਨਾ ਕਿ ਜੋ ਵੀ ਮੇਰੇ ਹੇਟਰ ਹੈ ਨੈਗੇਟਿਵ ਕਮੈਂਟ ਕਰਦੇ ਆ ਤੁਸੀਂ ਮਾੜਾ ਜਿਹਾ ਸੋਚ ਸਮਝ ਕੇ ਹੀ ਲਿਖਿਆ ਕਰੋ ਮੈਂ ਵਾਰੀ ਵਾਰੀ ਤੁਹਾਨੂੰ ਕਹਿੰਦੀ ਵੀ ਮੈਨੂੰ ਨਹੀਂ ਰੋਜ਼ ਰੋਜ਼ ਵਧੀਆ ਲੱਗਦਾ ਕੀ ਖਾਣਾ ਹਰਪ ਪੁੱਜਿਆ ਦਾਦੂ ਨੇ ਦਿੱਤਾ ਪਾਣੀ ਪੀਣਾ ਜਾਂ ਗਲਾਸ ਚੱਕ ਕੇ ਲੈ ਟੋਕਰੇ 'ਚ ਹਾਂ 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 ਤੇਰੀ ਘੜੀ ਸਾਰਿਆਂ ਨੇ ਦੇਖ ਲਈ ਸਵਾਸ਼ੀ ਹੋ ਗਏ ਜਾਂ ਪਹਿਲਾਂ ਪਾਣੀ ਨੂੰ ਗਲਾਸ ਲਿਆ ਜਾ ਕੇ ਭੱਜ ਕੇ ਬਾਹਲਾ ਸਿਆਣਾ ਪੁੱਤ ਹੈ ਮੇਰਾ ਲੋ ਜਣ ਬੈਠੇ ਸੀ ਸਬਜ਼ੀ ਬਣ ਗਈ ਆਟਾ ਗੁੰਨਿਆ ਪਿਆ ਤੇ ਹਰ ਦੇ ਪਾਪਾ ਚਲੇ ਗਏ ਮੰਮੀ ਨਾਲ ਕਿਉਂਕਿ ਮੰਮੀ ਨੇ ਲੈਣੀ ਸੀ ਦਵਾਈ ਤੂੰ ਦੁੱਖ ਦੀ ਉਹਨਾਂ ਦੀ ਨੀ ਵੀ ਨੀ ਹਰਲੀ ਨੂੰ ਵੀ ਪੀਓਗੀ ਚੱਲ ਫਿਰ ਦੇਵਾਂ ਤੁਹਾਨੂੰ ਪਾਣੀ ਮੈਂ ਮੈਂ ਪੀ ਚੱਲ ਲੈ ਹਰਪ ਦੀ ਬਣਾਤੀ ਨਹੀਂ ਛੱਡਦਾ ਟੂਟੇ ਬਸ ਬਸ ਮਿਕਸ ਕਰ ਲੈ ਇਹ ਚ ਗਰਮ ਜਾ ਫਿਰ ਬਿਮਾਰ ਹੋ ਜਾ ਠੰਡੇ ਨਾ ਦੀਦੀ ਵਿੱਚ ਹੈ ਕੀ ਗੁੜ ਨਾ ਖਾਊਂਗਾ ਕਹਿੰਦਾ ਮਿਰਚਾਂ ਵਾਲ ਗਿਆ ਤੁਹਾਡੀ ਦਾਲ 'ਚ ਮੈਂ ਗੁੜ ਨਾ ਖਾਊਂਗਾ ਨੂਣ ਵਾਲਾ ਖਾ ਲੇਂਗੇ ਨੂਣ ਮਿਰਚ ਵਾਲਾ ਪਰੌਂਠਾ ਹਾਂ ਖਾ ਲੂਗਾ ਨਹੀਂ ਲੜਦਾ ਪਾਪਾ ਇਸ ਵੇਲੇ ਉਹ ਕਹਿੰਦਾ ਗੱਲ ਜਿਵੇਂ ਖੜ ਜਾਣਾ ਇਹ ਵੀ ਕੁੜੀ ਕੁੜੀ ਉਗਦੀ ਆ ਵੀ ਫੋਨ 'ਚ ਕੀ ਬਣਾਈ ਹੁਣ ਠੰਡ ਲੱਗਦੀ ਆ ਇਸ ਵੇਲੇ ਦੇਖੀ ਦੇਖੀ ਗੱਡੀ ਟੇਸਟ ਹੀ ਕਰਦਾ ਹੁੰਦਾ